ਹਾਂਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨਾਮ ਅਮਰਜੀਤ ਸਿੰਘ, ਛਤਰਪੁਰ ਦਾ ਰਹਿਣ ਵਾਲਾ, ਨਵੀਂ ਦਿੱਲੀ। ਅਤੇ ਟਾਈਮ ਹੋ ਚੱਲਿਆ ਸਵੇਰ ਦੇ 5:30 ਹੋ ਰਹੇ ਨੇ, ਅਤੇ ਹੁਣ ਚੱਲਿਆ ਜੀ ਅੰਬਾਲੇ ਹਰੇਕ ਵਿਰਜ ਨੂੰ ਮਿਲਣ। ਅਤੇ ਇੱਕ ਮੀਟਿੰਗ ਮੇਰੀ ਕਿਸਮਤ 'ਚ ਸੀ, ਮੈਂ ਪਹਿਲੇ ਮਿਲ ਚੁੱਕਿਆ, ਆਪਣਾ ਏਅਰਪੋਰਟ ਆਏ ਸੀ ਅਤੇ ਮਿਲੇ ਸੀ। ਹੁਣ ਦੂਜਾ ਚਾਂਸ ਹੈ, ਮਿਲਣ ਜਾ ਰਿਹਾ, ਦੇਖਦੇ ਹਾਂ ਅੱਜ ਦਾ ਐਕਸਪੀਰੀਅੰਸ ਕਿਹੋ ਜਿਹਾ ਰਹਿੰਦਾ, ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਲਕੁਲ। ਅਤੇ ਚੰਗਾ ਜੀ, ਮਿਲਿਆ ਫਿਰ ਸਾਰਿਆਂ ਨੂੰ ਥੋੜ੍ਹੀ ਦੇਰ ਬਾਅਦ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਹੁੰਚ ਗਏ ਅੰਦਰ ਹੀ ਹੋਟਲ ਸ਼ਾਹਿਦ ਬਾਈ ਕੇ ਸਾਥ। 9 ਵਜੇ ਦਾ ਟਾਈਮ ਹੈ, 9:15 ਤੋਂ ਦੇਖਦੇ ਕਿਆ ਕਿਆ ਹੋਤਾ ਹੈ, ਕੌਣ ਕੌਣ ਮਿਲਤਾ ਹੈ। ਅਭੀ ਤੱਕ ਤੋ ਕੋਈ ਆਇਆ ਨਹੀਂ ਹੈ, ਸ਼ਾਇਦ ਯਾ ਹਮਨੇ ਅਭੀ ਕਿਸੇ ਮੁਲਾਕਾਤ ਨਹੀਂ ਕਰੀ। ਬਾਕੀ ਜੋ ਹੋਗਾ ਆਪਕੋ ਬਤਾਏਂਗੇ ਆਗੇ, ਕੈਸਾ ਰਹਤਾ ਆਜ ਕਾ ਦਿਨ। ਠੀਕ ਹੈ, ਓਕੇ, ਬਾਏ। ਬੈਠਿਆ ਰਣਜੀਤ ਵੀਰ ਨਾਲ, ਨਾਲੇ ਵੀਰ ਅਤੇ ਬਹੁਤ ਹੀ ਵਧੀਆ ਟਾਈਮ ਲੰਘ ਰਿਹਾ ਅਤੇ ਕਾਫੀ ਆਪਣੇ ਵੀਰ ਆਏ ਨੇ ਜਿਨ੍ਹਾਂ ਨਾਲ ਹਮੇਸ਼ਾ ਨੈੱਟ 'ਤੇ ਗੱਲ ਹੁੰਦੀ ਸੀ, ਫੋਨ 'ਤੇ। ਅੱਜ ਮਿਲ ਰਿਹਾ ਸਾਰਿਆਂ ਨੂੰ, ਬੜਾ ਚੰਗਾ ਲੱਗ ਰਿਹਾ। ਅੱਗੇ ਰਿਪੋਰਟ ਦਿੰਦੇ ਤੁਹਾਨੂੰ ਹੌਲੇ ਹੌਲੇ ਕਿੱਦਾਂ ਨਿਕਲਦਾ ਸਾਰਾ ਦਿਨ। ਚੰਗਾ ਜੀ, ਓਕੇ। ਗੱਲਬਾਤ ਹੋ ਰਹੀ ਉਹਦੇ ਨਾਲ, ਬੜਾ ਚੰਗਾ ਲੱਗ ਰਿਹਾ। ਦੇਖਿਆ ਕਿੰਨਾ ਲੰਬਾ ਚੱਲਦਾ, ਕਾਫੀ ਵੀਰ ਰਹਿੰਦੇ ਨੇ, ਗੱਲਬਾਤ ਕਰਨ। ਚੰਗਾ ਜੀ, ਓਕੇ।
ਜੀ ਫਿਰ ਫਾਈਨਲੀ ਹੁਣ ਅੱਜ ਦਾ ਈਵੈਂਟ ਸਟੋਪ ਮਤਲਬ ਕਿ ਸਮਾਪਤ ਹੋ ਗਿਆ ਸੀ ਬੜਾ ਵਧੀਆ ਦਿਨ ਰਿਹਾ ਨੇਕ ਵੀਰ ਜੀ ਨਾਲ ਮੁਲਾਕਾਤ ਹੋਈ ਬੜੇ ਪਿਆਰ ਮੁਹੱਬਤ ਨਾਲ ਸਾਰੇ ਵੀਰ ਨਾਲ ਗੱਲਬਾਤ ਹੋਈ ਗਰੁੱਪ ਦੇ ਆਪਣਾ ਜਿੰਨੇ ਵੀ ਵੀਰ ਸੀ ਕਾਫੀ ਵੀਰਾਂ ਨਾਲ ਮੁਲਾਕਾਤ ਹੋਈ ਬੜਾ ਚੰਗਾ ਦਿਨ ਬੀਤਾ ਅੱਜ ਦਾ ਅਤੇ ਮੈਂ ਸੋਚਿਆ ਛੋਟੀ ਜਿਹੀ ਰਿਕਾਰਡਿੰਗਾਂ ਕਰ ਲਾਂ ਅਤੇ ਇਹ ਫਿਰ ਇੱਕ ਯਾਦਗਾਰ ਹੋ ਜਾਏਗੀ ਅਤੇ ਬਸ ਅੱਜ ਦਾ ਦਿਨ ਬਹੁਤ ਵਧੀਆ ਬੀਤਾ ਅਤੇ ਬਾਕੀ ਯਾਦਗਾਰ ਦਿਨ ਸੀ ਵੰਸ ਇਨ ਅ ਲਾਈਫ ਟਾਈਮ ਅਪੋਰਚੁਨਿਟੀ ਅਤੇ ਹੁਣ ਰੁਕਿਆ ਜੀ ਰਸਤੇ 'ਤੇ ਢਾਬੇ 'ਤੇ ਵੀ ਨਹੀਂ ਰੋਟੀ ਪਾਣੀ ਖਾ ਕੇ ਕਿਉਂਕਿ ਘਰ ਤਾਂ ਲੇਟ ਹੀ ਪਹੁੰਚਣਾ ਅਤੇ ਬਸ ਹੁਣ ਘਰ ਪਹੁੰਚ ਕੇ ਅਤੇ ਫਿਰ ਨੀਂਦ ਬਹੁਤ ਤਕੜੀ ਆ ਰਹੀ ਹੈ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਅੱਜ ਦਿਨ ਬਾਅਦ ਜਿਹੜਾ ਦਿਨ ਸੀ ਬਹੁਤ ਚੰਗਾ ਬੀਤਾ ਸਾਰਿਆਂ ਦੱਸਣਾ ਚਾਹੂੰਗਾ ਕਿ ਇਹੋ ਜਿਹਾ ਟਾਈਮ ਕਦੇ ਸਪੈਂਡ ਨਹੀਂ ਕੀਤਾ ਬਹੁਤ ਰਿਸਪੈਕਟ ਮਿਲੀ ਬੜਾ ਪਿਆਰ ਮਿਲਿਆ ਗਰੁੱਪ 'ਚੋਂ ਸਾਰੇ ਵੀਰਾਂ ਤੋਂ ਨਿਕਵੀਰ ਜੀ ਤੋਂ ਅਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਫਿਰ ਮਿਲਿਆ ਓਕੇ ਜੀ